ਸ਼ੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੰਦੋਲਨ ਜਾਰੀ ਹੈ। ਇਸ ਵਿਚਾਲੇ ਪਿਛਲੀ ਵਾਰ ਦੀ ਤਰ੍ਹਾਂ ਪੰਜਾਬ ਦੇ ਨੌਜਵਾਨ ਕਿਸਾਨਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਦੂਰ ਦੁਰਾਡੇ ਤੋਂ ਆਏ ਨੌਜਵਾਨ ਬੱਚੇ ਤੇ ਬਜ਼ੁਰਗ ਆਪਣੇ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਇਸੇ ਤਹਿਤ ਰਾਜਪੁਰਾ ਦੇ ਇੱਕ ਪਿੰਡ ਤੋਂ ਨੌਜਵਾਨ ਆਪਣੇ ਜਨਮ ਦਿਨ ਦੇ ਮੌਕੇ ਦੋਸਤਾਂ ਨਾਲ ਪਾਰਟੀ ਕਰਨ ਦੀ ਬਜਾਏ ਸ਼ੰਭੂ ਬਾਰਡਰ ਉੱਤੇ ਟਰਾਲੀ ਵਿੱਚ ਲੱਦ ਕੇ 10 ਕੁਇੰਟਲ ਕਿੰਨੂ ਲੈ ਕੇ ਆਇਆ ਤੇ ਲੰਗਰ ਲਗਾ ਦਿੱਤਾ। ਇਸ ਮੌਕੇ ਹਰਮਨ ਨੇ ਦੱਸਿਆ ਕਿ ਉਸਦਾ ਜਨਮ ਦਿਨ ਸੀ, ਪਰ ਉਸਦੇ ਮਨ ਦੀ ਇੱਛਾ ਸੀ ਕਿ ਉਹ ਪਾਰਟੀ ਕਰਨ ਦੀ ਥਾਂ ਸ਼ੰਭੂ ਬਾਰਡਰ ਤੇ ਲੰਗਰ ਦੀ ਸੇਵਾ ਕਰੇ। ਇਸ ਲਈ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਕਿੰਨੂਆਂ ਦੀ ਟਰਾਲੀ ਲੈ ਕੇ ਆਇਆ। ਕਿੰਨੂਆਂ ਦਾ ਪੂਰੀ ਟਰਾਲੀ ਭਰ ਕੇ ਇਹ ਨੌਜਵਾਨ ਆ ਗਏ ਨੇਗੇ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਆਏ ਹੋ? ਵੀਰੇ ਆਪਣਾ ਨਾਮ ਹੈਗਾ ਅਮਨਪ੍ਰੀਤ ਸਿੰਘ ਤੇ ਆਪਾਂ ਆਏ ਹਾਂ ਵੀਰੇ ਰਾਜਪੁਰੇ ਤੋਂ, ਪਿੰਡ ਖੈਰਪੁਰ ਜੱਟਾਂ ਤੇ ਮਹਿਮਾ, ਦੋ ਪਿੰਡਾਂ ਦਾ ਸਹਿਯੋਗ ਪਿਆ ਹੋਇਆ ਵੀਰੇ। ਦੇਖ ਰਿਹਾ ਪੂਰੇ ਕਿੰਨੂਆਂ ਦੀ ਟਰਾਲੀ ਭਰੀ ਫਿਰਦੇ ਹੋਗੇ ਵੰਡਣ ਲਈ? ਹਾਂਜੀ ਵੀਰੇ, ਮੁੰਡੇ ਦਾ ਅੱਜ ਜਨਮ ਦਿਨ ਸੀਗਾ, ਅਸੀਂ ਕਿਹਾ ਵੀ ਪਾਰਟੀ ਕੀ ਕਰੀਏ, ਇੱਥੇ ਸਹਿਯੋਗ ਪਾ ਦਿੰਦੇ ਹਾਂ ਤੇ ਅਸੀਂ 10 ਕੁਇੰਟਲ ਸੰਗਤਰਾ ਲੈ ਕੇ ਆਏ ਹਾਂ ਵੀਰੇ ਇੱਥੇ। ਮੁੰਡਾ ਕੌਣ ਹੈ ਜਿਹਦਾ ਜਨਮ ਦਿਨ? ਇਹ ਬੈਠੇ ਵੀਰੇ ਇੱਥੇ, ਹਰਮਨ ਨਾਮ ਹੈ। ਹਰਮਨ ਕਿੱਧਰ ਨੇ? ਹਰਮਨ ਜੀ ਅੱਗੇ ਆ ਜਾਓ, ਪਹਿਲਾਂ ਤਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਧੰਨਵਾਦ ਜੀ ਬਹੁਤ। ਤੁਸੀਂ ਇਹ ਸੇਵਾ ਕਿੱਦਾਂ ਯਾਦ ਆਈ ਕਿ ਐਡੀ ਸੇਵਾ ਲਾ ਦਿੱਤੀ ਜਾਵੇ? ਦੋਸਤ ਮਿੱਤਰ ਪਾਰਟੀ ਮੰਗਦੇ ਸੀ, ਕਹਿੰਦੇ ਸੰਤਰੇ ਵੰਡਣ ਦੀ ਸੇਵਾ ਲਾ ਦੀ ਸਾਰਿਆਂ ਦੀ। ਉਹੀ ਮੈਂ ਦਿਲ ਤੋਂ ਬਸ ਕਰਿਆ ਜੀ, ਦਿਲ ਦਾਨ ਕਰਨ ਦਾ ਦਿਲ ਕੀਤਾ ਬਸ। ਤੁਸੀਂ ਪਾਰਟੀ ਲੈਣੀ ਚਾਹੁੰਦੇ ਸੀ, ਸੰਤਰੇ ਦੇ ਦਿੱਤੇ, ਕਹਿੰਦੇ ਸੰਤਰੇ ਵੰਡੇ ਹੋਣੇ ਸਾਰੇ ਪਾਸੇ। ਸਰ ਬਸ ਇੱਦਾਂ ਹੀ ਕਰਾਂਗੇ ਜੀ, ਜਿੱਤ ਕੇ ਜਾਵਾਂਗੇ ਜੀ, ਸਭ ਇੱਦਾਂ ਹੀ ਹੈ ਜੀ। ਇਹ ਤਰੀਕਾ ਤੁਸੀਂ ਦੇਖ ਸਕਦੇ ਹੋ, ਇਹ ਸੇਵਾ ਭਾਵਨਾ ਤੁਸੀਂ ਦੇਖ ਸਕਦੇ ਹੋ ਕਿ ਹਰਮਨ ਦਾ ਜਨਮ ਦਿਨ ਸੀ ਔਰ ਹਰਮਨ ਨੇ ਕਿਹਾ ਕਿ ਕਹਿੰਦੇ ਜੀ ਪਾਰਟੀ ਨੂੰ ਛੱਡੋ, ਆਪਾਂ ਲੰਗਰ ਦੀ ਸੇਵਾ ਲਾਉਣੇ ਆ, ਸੰਤਰਿਆਂ ਦੀ ਸੇਵਾ ਲਾਉਣੇ ਆ। ਤਾਂ ਜਗ੍ਹਾ ਜਗ੍ਹਾ ਦੇ ਉੱਪਰ ਤੁਸੀਂ ਦੇਖੋਗੇ ਤਾਂ ਹਰਮਨ ਨੂੰ ਸਾਡੀ ਟੀਮ ਦੇ ਵੱਲੋਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਕਿ ਜਿਹੜੇ ਇਹ ਜੀ ਸੋਚ ਰੱਖਦੇ ਨੇ ਨੌਜਵਾਨ, ਤਾਂ ਬਿਲਕੁਲ ਨਾ ਲੱਗਦਾ ਜਿਹੜਾ ਰਾਜਪੁਰੇ ਦਾ ਏਰੀਆ, ਤਾਂ ਇਸੇ ਤਰੀਕੇ ਦੇ ਜਿਹੜੇ ਲੰਗਰ ਨੇ ਤੁਹਾਨੂੰ ਜਗ੍ਹਾ ਜਗ੍ਹਾ ਤੇ ਨਜ਼ਰ ਆਉਣਗੇ। ਤਾਂ ਜ਼ਾਹਿਰ ਹੈ ਕਿ ਕਿਸਾਨਾਂ ਦੀ ਮਦਦ ਲਈ ਪੰਜਾਬ ਭਰ ਤੋਂ ਨੌਜਵਾਨਾਂ ਨੇ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਨੌਜਵਾਨ ਕਿਸਾਨਾਂ ਦੀ ਮਦਦ ਕਰਨ ਲਈ ਪੱਬਾਂ ਭਾਰ ਨੇ। ਸ਼ੰਭੂ ਬਾਰਡਰ ਤੋਂ ਰੋਹਿਤ ਬਾਂਸਲ ਦੀ ਰਿਪੋਰਟ, ਜ਼ੀ ਮੀਡੀਆ।